ਸ੍ਰੀ ਗੁਰੂ ਸਾਰਿਆਂ ਨੂੰ ਜੀ ਨਵੀਂ ਅਪਡੇਟ ਲੈ ਕੇ ਆਪ ਸਭ ਦੇ ਸਨਮੁਖ ਹੋ ਰਹੀ ਆ। ਸੋ ਅੱਜ ਦੀ ਇਹ ਖਬਰ ਪੜ੍ਹਨ ਤੋਂ ਪਹਿਲਾਂ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਤਰ੍ਹਾਂ ਦੀ ਖਬਰ ਤੁਸੀਂ ਟਾਈਮ ਟੂ ਟਾਈਮ ਪ੍ਰਾਪਤ ਕਰ ਸਕੋ। ਸੋ ਸ਼ੁਰੂ ਕਰਦੇ ਆ ਜੀ ਅੱਜ ਦੀ ਇਹ ਖਬਰ। ਸਰਵ ਸਿੱਖਿਆ ਬਿਆਨ ਮਿੱਡੇ ਮੀਲ ਦਫ਼ਤਰੀ ਕਰਮਚਾਰੀ ਜੁਨੀਅਨ ਦੇ ਸੂਬਾ ਯਾਗੂ ਆਸ਼ੀਸ਼ ਚੁਲਾਹਾਰ ਰਜਿੰਦਰ ਸਿੰਘ ਸਿੱਧਾ ਵਿਕਾਸ ਕੁਮਾਰ ਪ੍ਰਵੀਨ ਸ਼ਰਮਾ ਚਮਕੌਰ ਸਿੰਘ ਸਰਬੀ ਸਿੰਘ ਹਰਪ੍ਰੀਤ ਸਿੰਘ ਅਤੇ ਦਵਿੰਦਰਜੀਤ ਸਿੰਘ ਦੀ ਸਾਂਝੀ ਗਵਾਈ ਹੇਠ ਅੱਜ ਇੱਥੇ ਦਫ਼ਤਰੀ ਕਾਮਿਆਂ ਨੇ ਸਰਕਾਰ ਦੀ ਅਣਦੇਖੀ ਤੋਂ ਦੁਖੀ ਹੋ ਕੇ ਸਿੱਖਿਆ ਭਵਨ ਦੇ ਬਾਹਰ ਸੂਬਾ ਪਧਰੀ ਰੋਸ ਪ੍ਰਦਰਸ਼ਨ ਕੀਤਾ ਇਨ੍ਹਾਂ ਆਗੂਆਂ ਨੇ ਕਿਹਾ ਕਿ ਪਿਛਲੇ ਕਰੀਬ ਡੇਢ ਦਹਾਕੇ ਤੋਂ ਨੌਕਰੀ ਕਰ ਰਹੀ ਦਫ਼ਤਰੀ ਸਟਾਫ ਨੇ ਅਨੇਕਾਂ ਦੇ ਆਪਕਾਂ ਨੂੰ ਰੈਗੂਲਰ ਕਰਨ ਦੇ ਹੁਕਮ ਟਾਈਪ ਕੀਤੇ ਪਰ ਉਹ ਸ਼ੁਰੂ ਤੋਂ ਹੀ ਦਫ਼ਤਰੀ ਸਟਾਫ ਨੂੰ ਰੈਗੂਲਰ ਕਰਨ ਸਮੇਤ ਹੋਰ ਹੱਕੀ ਮੰਗਾਂ ਨੂੰ ਲੈ ਕੇ ਸਰਕਾਰ ਦੇ ਹਾੜੇ ਕੱਢ ਰਹੇ ਹਨ ਬੁਲਾਰਿਆਂ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ 8886 ਅਧਿਆਪਕਾਂ ਨੂੰ ਕਾਂਗਰਸ ਸਰਕਾਰ ਵੱਲੋਂ 1 April 2018 ਨੂੰ ਰੈਗੂਲਰ ਕੀਤਾ ਗਿਆ ਪਰ ਅਧਿਆਪਕਾਂ ਤੋਂ ਪਹਿਲਾਂ ਕੰਮ ਕਰ ਰਹੀ ਦਫ਼ਤਰੀ ਮਲਾਜ਼ਮਾਂ ਨੂੰ ਵਿਸਾਰ ਦਿੱਤਾ ਗਿਆ ਪਿਛਲੇ ਸਮੇਂ ਦੌਰਾਨ ਦਫ਼ਤਰੀ ਮਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੇਸ ਵਿੱਤ ਵਿਭਾਗ ਨੂੰ ਭੇਜਿਆ ਗਿਆ ਸੀ ਅਤੇ ਵਿੱਤ ਵਿਭਾਗ ਵੱਲੋਂ 16 December 2019 ਨੂੰ ਵਿੱਤੀ ਪ੍ਰਵਾਨਗੀ ਦੇ ਕੇ ਪੰਜਾਬ ਕੈਬਨਿਟ ਦੀ ਮੀਟਿੰਗ ਲਈ ਬੁਆਹਨ ਨੂੰ ਲਿਖਿਆ ਗਿਆ ਸੀ ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਸਰਬ ਸਿੱਖਿਆ ਬਿਆਨ ਨਦੀਨ ਕੰਮ ਕਰਦੇ ਦਫ਼ਤਰੀ ਕਰਮਚਾਰੀ ਅੱਜ ਸਵੇਰੇ 11 ਵਜੇ ਫੇਸ 7 ਲਾਲ ਬੱਤੀ ਚੌਂਕ ਨੇੜੇ ਪੁੱਡਾ ਗਰਾਊਂਡ ਵਿੱਚ ਪਹੁੰਚੇ ਅਤੇ ਸਿੱਖਿਆ ਭਵਨ ਤੱਕ ਰੋਸ ਮਾਰਚ ਕੀਤਾ ਪੁਲਿਸ ਨੇ ਦਫ਼ਤਰੀ ਸਟਾਫ ਨੂੰ ਸਿੱਖਿਆ ਭਵਨ ਦੇ ਅੰਦਰ ਜਾਣ ਨਹੀਂ ਦਿੱਤਾ ਫਿਲਹਾਲ ਧਰਨਾ ਜਾਰੀ ਹੈ ਸੋ ਇੱਕ ਖਬਰ ਸੀ ਜਿਹੜੀ ਮਲਾਜਮਾਂ ਦੇ ਨਾਲ ਸੰਬੰਧਿਤ ਸੀ ਜੀ ਇਸੇ ਤਰ੍ਹਾਂ ਹਰ ਤਰ੍ਹਾਂ ਦੀ ਅਪਡੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ ਸਾਡੇ ਚੈਨਲ ਨਾਲ ਜੁੜੇ ਰਹੋ ਤੇ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਖਬਰ ਤੁਹਾਨੂੰ ਟਾਈਮ ਨਾਲ ਮਿਲ ਸਕੇ ਸੋ ਧੰਨਵਾਦ ਜੀ